ਕਿੰਨੇ ਸਾਲ ਹੋ ਗਏ? 4-5 ਸਾਲ। ਉਦੋਂ ਤੁਸੀਂ ਜਦੋਂ ਟੈਸਟ ਕਰਾਇਆ ਤਾਂ ਕਿੰਨੀ ਸ਼ੂਗਰ ਆਈ ਸੀ? ਜਿਹੜਾ ਪਹਿਲੇ ਜਦੋਂ ਫਸਟ ਟਾਈਮ ਟੈਸਟ ਆਇਆ ਸੀ 518 ਸੀ। ਉਸ ਤੋਂ ਬਾਅਦ ਉਹਨੇ ਦਵਾਈ ਦਿੱਤੀ ਹੈਗਾ, ਉਹਦੇ ਬਾਅਦ ਮੁੜ ਕੇ 300 ਤੇ ਆ ਗਿਆ। ਫਿਰ ਇੱਥੇ ਪਟੇਲ ਵਾਲੇ ਕੋਲ ਆਏ ਆ ਤਾਂ ਉੱਥੇ 295 ਨਿਕਲਿਆ ਸੀ। ਉਸ ਤੋਂ ਬਾਅਦ ਤੁਸੀਂ ਲਗਾਤਾਰ ਦਵਾਈ ਖਾਂਦੇ ਰਹੇ ਹੋ? ਉਸ ਤੋਂ ਬਾਅਦ ਦਵਾਈ ਖਾਧੀ, ਜਦੋਂ ਦਵਾਈ ਐਕਸਰਸਾਈਜ਼ ਦੋਨੋਂ ਸ਼ੁਰੂ ਕੀਤਾ। ਪਟੇਲ ਵਾਲੇ ਨੇ ਕਿਹਾ ਕਿ ਤੁਸੀਂ ਮੋਰਨਿੰਗ ਵਾਕ ਕੇ ਨਾ ਵੱਧ ਤੋਂ ਵੱਧ ਟਾਈਮ ਦਿਓ ਅਤੇ ਖਾਣਾ ਪੀਣਾ ਦਾ ਜਿਹੜਾ ਡਾਇਟ ਉਹਨੂੰ ਕੰਟਰੋਲ ਕਰੋ। ਜਿਹੜੇ 4 ਰੋਟੀ ਖਾਣੀ, 3 ਪਾਓ, 3 ਖਾਣਾ ਦਾ 2 ਖਾਓ ਅਤੇ ਕਰੇਲੇ ਦੀ ਸਬਜ਼ੀ ਜਾਂ ਜੋ ਨਾਲ ਕੋਈ ਗੋਲੀ ਵੀ ਸ਼ੁਰੂ ਕੀਤੀ ਸੀ? ਗੋਲੀ ਦੀ ਦਵਾਈ ਚੱਲਦੀ ਸੀ, ਉਦੋਂ ਦਵਾਈ ਚੱਲਦੀ ਸੀ। ਸ਼ੂਗਰ ਦੀ ਗੋਲੀ ਤੁਸੀਂ 2-3 ਸਾਲ ਖਾਧੀ ਹੈ? ਹਾਂਜੀ। ਦਵਾਈ ਮੈਂ ਕੰਟਰੋਲ ਛੱਡ ਦਿੱਤਾ ਸੀ 2-3 ਮਹੀਨਾ। ਦਵਾਈ ਚੈੱਕ ਕਰਾਈ, ਐਕਸਰਸਾਈਜ਼ ਬਹੁਤ ਕਰਦੇ ਸੀ, ਘੰਟਾ ਡੇਢ ਦਿਨ 2-2 5 ਵਜੇ ਆ ਜਾਣਾ, ਇਧਰੋਂ 7 ਵਜੇ ਜਾਣਾ, ਕਦੇ 7:30 ਵਜੇ ਜਾਣਾ। ਤੇ ਉਸ ਪਰਹੇਜ਼ ਬਹੁਤ ਰੱਖਦੇ ਸੀ, ਪਰਹੇਜ਼ ਮੀਨਸ ਕਿ ਚਾਵਲ ਨੀ ਖਾਣਾ, ਆਲੂ ਨੀ ਖਾਣਾ, ਜ਼ਮੀਨ ਵਿੱਚ ਹੋਣ ਵਾਲਾ ਕੋਈ ਵੀ ਸਬਜ਼ੀ ਨੀ ਖਾਣਾ, ਜਿਵੇਂ ਮੂਲੀ ਹੈ, ਗਾਜਰ ਹੈ, ਇੱਦਾਂ ਦਾ ਚੀਜ਼ ਨਹੀਂ ਖਾਣਾ, ਮਿੱਠਾ ਚੀਜ਼ ਖਜੂਰ ਨਹੀਂ ਖਾਣਾ, ਚਾਹੇ ਬਹੁਤ ਮਤਲਬ ਘੱਟ ਪੀਣਾ। ਸਾਡੇ ਕੋਲ ਆਇਆ ਕਿੰਨੇ ਦੇਰ ਹੋਈ ਵਾਲਾ? ਤੁਹਾਡੇ ਕੋਲ ਬਸ 6ਵੀਂ ਆ ਡੋਜ਼ ਲੈ ਕੇ ਜਾਣਾ ਮੈਂ। 6 ਮਹੀਨੇ ਹੋ ਚੱਲੇ, ਅਪ੍ਰੈਲ ਦਾ ਲੈ ਰਿਹਾ। ਅਪ੍ਰੈਲ ਦਾ? ਹਾਂਜੀ। ਹੁਣ ਕੋਈ ਅੰਗਰੇਜ਼ੀ ਮੈਡੀਸਨ ਖਾਂਦੇ ਹੋ? ਨਹੀਂ ਅੰਗਰੇਜ਼ੀ। ਸ਼ੂਗਰ ਠੀਕ? ਸ਼ੂਗਰ ਤਾਂ ਤੁਹਾਨੂੰ ਦੱਸਿਆ ਕਿ ਅੱਜ 7-8 ਦਿਨ ਪਹਿਲੇ ਚੈੱਕ ਕਰਾਇਆ ਸੀ ਤੇ 137 ਸੀ। ਰੈਂਡਮ ਖਾਣਾ ਖਾਣ ਤੋਂ ਬਾਅਦ? ਹਾਂਜੀ। ਹੋਰ ਨੋ ਇੰਗਲਿਸ਼ ਮੈਡੀਸਨ ਸਾਡੀ ਗੋਲੀਆਂ ਦਿੰਦੇ? ਤੁਹਾਡੀ ਇੰਟਰਨਲ ਫੀਲਿੰਗ ਕੀ ਹੈ? ਮੈਨੂੰ ਹਰ ਪਾਸੇ ਨਾ ਮਤਲਬ ਠੀਕ ਮਹਿਸੂਸ ਹੁੰਦਾ। ਉਹਦਾ ਮੈਂ ਘਰ ਵਿੱਚ ਵੀ ਕਈ ਗੱਲਾਂ ਤੇ ਖਿੱਚ ਆ ਜਾਂਦਾ, ਕੋਈ ਮਿਸਤਰੀ ਨਹੀਂ ਆਇਆ ਉਹਦੇ ਤੇ ਵੀ ਮੈਂ ਅੰਦਰ ਖਾਤੇ ਯਾਰ ਆਇਆ ਨੀ, ਹੁਣ ਕੰਮ ਕਿੱਦਾਂ ਹੋਣਾ। ਹੁਣ ਏਦਾਂ ਦਾ ਫੀਲਿੰਗ ਨੀ ਆਉਂਦਾ, ਨਹੀਂ ਤੇ ਨਾ ਸਹੀ, ਨਹੀਂ ਆ ਤਾਂ ਕੋਈ ਗੱਲ ਨੀ, ਆਰਾਮ ਕਰ ਰਹੇ। ਇਰੀਟੇਸ਼ਨ ਘੱਟ ਗਈ ਮਤਲਬ ਮੈਂਟਲੀ ਨਾ ਆਪਾਂ ਖੁਸ਼ ਰਹੀਦੇ। ਖਾਣਾ ਪੀਣਾ ਕਿਸ ਤਰ੍ਹਾਂ? ਖਾਣਾ ਆਪਾਂ ਜਿਹੜਾ ਨਾਰਮਲ ਰੋਟੀ ਸਬਜ਼ੀ ਜਿਹਦਾ ਚਾਵਲ ਮਿਨੀਮਮ। ਤੇ ਐਨਰਜੀ ਲੈਵਲ ਕਿਹਦਾ ਤੁਹਾਡਾ? ਮੈਨੂੰ ਪਲੱਸ ਫੀਲ ਹੁੰਦਾ। ਨੀਂਦ ਪੂਰੀ ਹੈ? ਹਾਂਜੀ, ਨੀਂਦ ਜਦੋਂ ਰਾਤ 10 ਵਜੇ ਸੌਂਦਾ, ਕਈ ਵਾਰੀ 6 ਵਜੇ ਜਾਗ ਆਉਂਦਾ ਤਾਂ ਕਈ ਵਾਰੀ ਜ਼ਿਆਦਾ ਥੱਕੇ ਹੋਏ 7 ਵਜੇ ਜਾਗ ਆਉਂਦਾ, ਪਤਾ ਨੀ ਲੱਗਦਾ ਕਦੋਂ। ਮੇਰੇ ਵਾਸਤੇ ਲੱਗਦਾ ਹੈ, ਲੱਗਦਾ ਹੈ ਕੋਈ ਗੱਲ। ਹੁਣ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਤੁਹਾਡੀ ਸ਼ੂਗਰ ਠੀਕ ਹੋ ਗਈ? ਸ਼ੂਗਰ ਹੋਣਗੇ ਵੀ ਤਾਂ ਵੀ ਮੈਂ ਪਲੱਸ ਫੀਲ ਕਰਦਾ, ਕਿਉਂਕਿ ਜਿਹੜੇ ਮੋਰਨਿੰਗ ਵਾਕ ਤੇ ਜਾਂਦੇ ਸੀ ਨਾ ਤੇ ਸਵੇਰ ਸਵੇਰ ਜਦੋਂ ਆਪਾਂ ਜ਼ਿਆਦਾ ਐਕਸਰਸਾਈਜ਼ ਕਰ ਲੈਂਦੇ ਸੀ ਤਾਂ ਬਾਡੀ ਦਰਦ ਕਰਦੇ ਰਹਿੰਦੇ ਸੀ। ਜਿਵੇਂ ਆਹ ਮੰਨ ਲਓ ਕਿ ਆਪਾਂ ਅੱਜ ਤੱਕ ਮੰਨਦੇ ਹਾਂ ਤਾਂ ਕਈ ਵਾਰੀ ਆਹ ਮੋਢਾ ਬਹੁਤ ਦਰਦ ਕਰਦਾ ਹੁੰਦਾ, ਜਾਂ ਨਾਲ ਸਿਰ ਵਾਲੀ ਜਿਹੜਾ ਹੁੰਦਾ ਸੀ, ਇਹ ਤਾਂ ਆਪਾਂ ਕਰਦੇ ਨਾ ਜਦੋਂ, ਤੇ ਇਹ ਤਾਂ ਨਹੀਂ ਹੁੰਦਾ ਸੀ। ਤੇ ਜਦੋਂ ਇੱਕ ਦੋ ਵਾਰ ਕਰ ਲਈ ਤਾਂ ਸਾਰਾ ਦਿਨ ਉਹ ਫੀਲ ਹੁੰਦਾ ਰਹਿੰਦਾ ਕਿ ਆਰਾਮ ਸਾਈਡ ਦਰਦ ਕਰਦਾ ਰਹੇ, ਤੇ ਇੱਦਾਂ ਦਾ ਕੋਈ ਬਾਡੀ ਵਿੱਚ ਕਿਸੇ ਤਰ੍ਹਾਂ ਦੀ ਦਰਦ ਨਹੀਂ ਹੈ। ਹੁਣ ਤੁਹਾਡੀ ਐਬਿਲਿਟੀਜ਼ ਬੈਟਰ ਹੋ ਗਈਆਂ? ਸਵੇਰੇ ਜਿਵੇਂ ਮੈਂ ਜਾਣਾ ਤਕਰੀਬਨ 1.5-2 ਕਿਲੋਮੀਟਰ, ਦੌੜਨਾ ਵੀ ਨਹੀਂ ਤੇ ਸਲੋ ਵੀ ਨਹੀਂ ਤੁਰਨਾ ਆਪਣੇ, ਮੈਨੂੰ ਏਦਾਂ ਲੱਗਦਾ ਸੀ ਕਿ ਮੈਂ ਪੂਰੀ ਤਾਕਤ ਨਾਲ ਜਿਵੇਂ ਜਾਣਾ ਹੁੰਦਾ ਉੱਦਾਂ ਚਾਹੀਦਾ, ਫਿਰ ਆ ਜਾਈਦਾ। ਜਦੋਂ ਘਰ ਦੇ ਕੋਲ ਆ ਜਾਈਦਾ ਤੇ ਉੱਥੇ ਸੜਕ ਹੈ ਕਲੋਨੀ ਵਾਲਾ, ਉੱਥੇ ਕਾਕੂ ਵੀ ਹੈਗੀ ਹੈ ਜਿਹੜੇ ਆਪਾਂ ਬੂਟ ਪਾਏ ਉੱਥੇ ਲਾ ਦੇਈ ਦੇ। ਤੇ ਮਤਲਬ ਇਹ ਪੱਕੀ ਗੱਲ ਹੈ ਜਦੋਂ ਦੀ ਸਾਡੀ ਮੈਡੀਸਨ ਖਾ ਰਹੇ ਇੰਗਲਿਸ਼ ਮੈਡੀਸਨ ਕੋਈ ਨਹੀਂ ਖਾ ਰਹੇ? ਨਹੀਂ ਖਾ ਰਹੇ, ਸੱਚੀ ਗੱਲ। ਚਲੋ ਉਹ ਕਹਿੰਦੇ ਕਾਜ ਕੁਝ ਨਾ ਹੋਵੇਗਾ ਉਹ ਬੋਲੀ ਲੈ, ਉਹ ਦਵਾਈ ਲੈ ਲਈ ਕਿਉਂਕਿ ਰਿਕਾਰਡ ਕਰ ਰਿਹਾ ਉਸ ਤੋਂ ਬਾਅਦ ਵੀ। ਤੇ ਉਹ ਦਵਾਈ ਲੈਣ ਤੋਂ ਬਾਅਦ ਤੁਹਾਡੀ ਸਕਿਨ ਨੂੰ ਵੀ ਫਾਇਦਾ ਹੋਇਆ? ਮੈਨੂੰ ਆਪਣੇ ਆਪ ਵਿੱਚ ਨਾ ਸਭ ਤੋਂ ਵੱਡੀ ਗੱਲ ਕਿ ਐਕਟੀਵਿਟੀ ਬਹੁਤ ਆਇਆ, ਮੈਂ ਆਪਣੇ ਆਪ ਨੂੰ ਫੀਲ ਕਰਦਾ ਮੇਰਾ ਪੇਟ ਦਾ ਚਮੜਾ ਸੀ ਜਿਹੜਾ ਇਹ ਅਫਰਦਾ ਰਹਿੰਦਾ ਸੀ, ਜਦੋਂ ਖਾਣਾ ਨਾ ਥੋੜਾ ਬਹੁਤ ਕੁਛ ਵੀ ਇਹ ਲੱਗਦਾ ਹੈ ਕਿ ਮੈਂ ਨਹੀਂ ਕੁਛ ਖਾਣਾ, ਜਿੱਦਾਂ ਮਨ ਖਿੱਚਦਾ ਜਾਂ ਕੁਛ ਉਸ ਚੀਜ਼ ਨੂੰ ਲਾਈਕ ਨਹੀਂ ਕਰ ਰਿਹਾ ਅੰਦਰੋਂ, ਕੋਈ ਚੀਜ਼ ਲੈ ਕੇ ਯਾਰ ਹਟਾ ਇਹਨੂੰ ਪਰਾਂ ਕਰ। ਹੁਣ ਇੱਦਾਂ ਨਹੀਂ ਹੁੰਦਾ, ਜਿੰਨੀ ਚੀਜ਼ ਮਰਜ਼ੀ ਆ ਜਾਵੇ ਜੋ ਮਰਜ਼ੀ ਆ ਜਾਵੇ ਖਾ ਲਵੋ, ਪਰ ਪਤਾ ਨਹੀਂ ਲੱਗੇਗਾ ਕਿ ਦੀਵਾਲੀ ਵਾਲੇ ਦਿਨ ਇੱਦਾਂ ਸੀ। ਮੈਂ ਜਿਹਦੇ ਘਰ ਗਿਆ ਉੱਥੇ ਖਾਣ ਵਾਸਤੇ ਤੁਹਾਨੂੰ ਪਤਾ ਦੀਵਾਲੀ ਦਿਨ ਦੀਵਾਲੀ ਹੁੰਦਾ ਪਤੇ ਦਾ, ਜੋ ਆਇਆ ਕੋਈ ਜੂਸ ਕੋਈ ਹੋਰ ਚੀਜ਼ਾਂ ਕੋਈ ਮਿਠਾਈ, ਨਹੀਂ ਨਹੀਂ ਚਾਹ ਬਣ ਗਈ ਪੀ ਕੇ ਹੀ ਜਾਣਾ। ਅੱਛਾ ਮੈਂ ਧੱਕੇ ਨਾਲ ਪੀ ਗਿਆ ਰਾਤ 9 ਵਜੇ ਤੱਕ ਤੇ ਮੈਂ ਸੌ ਗਿਆ, ਮੈਨੂੰ ਸਵੇਰ ਏਦਾਂ ਲੱਗਦਾ ਸੀ ਕਿ ਮੈਂ ਕੁਛ ਖਾਧਾ ਹੀ ਨਹੀਂ, ਮਤਲਬ ਕਹਿੰਦਾ ਕੋਈ ਮਤਲਬ ਨੁਕਸਾਨ ਨਹੀਂ ਹੋਇਆ। 100% ਸਹੀ ਹੈ, ਸਾਨੂੰ ਇਹ ਮਹਿਸੂਸ ਹੁੰਦਾ।